फगवाड़ा शहर लुट खोदियां वारदातों नूं अंजाम देने वाले लुटेरियां दा मनपसंद इलाका बनता जा रहा है, जिस कारण वह बिना पुलिस के खौफ तो रोजाना ही किसी ना किसी वारदात नूं अंजाम दे जांदे ने। लुटखो का एक होर ताज़ा मामला सामने आया है फगवाड़ा विखे, जिथे कि मोटरसाइकिल सवार दो लुटेरे एक व्यक्ति को 1,10,000 रुपए की नकदी और होर जरूरी दस्तावेज खो के फरार हो गए। उक्त लुटेरे नज़दीक लगे सीसीटीवी विच भी कैद हो गए, जिस में साफ तौर पर दिखाई दे रहा है कि किस तरह लुटेरिया ने इस वारदात को अंजाम दिता। आओ पहला देख रहे हैं वह फुटेज। इस मौके गलबात करदे पीड़ित व्यक्ति हरभजन सिंह वासी पिंड नंगल ने दस्या कि वह जदों फगवाड़ा बस स्टैंड नज़दीक बैंक विचों 1,10,000 रुपए की नकदी कढ़वा के वापस अपने पिंड स्कूटर से जा रहा सी, तां नंगल पिंड के नज़दीक ही मोटरसाइकिल सवार दो लुटेरे उन्हां दी जेब विचों 1,10,000 रुपए के परस खो के फरार हो गए। उन्हें कहा कि पर्स में ATM कार्ड तो इलावा होर जरूरी दस्तावेज भी सन, जिस बारे उन्होंने थाना सतनामपुरा की पुलिस को इतलाह दे दी है। फिलहाल इस वारदात की सूचना मिलते सार ही थाना सतनामपुरा की पुलिस ने मौके पर पहुँच के स्थिति का जायजा लिया, अगली कार्रवाई शुरू कर दी। हरभजन सिंह जी, की मामला होया तुहाडे नाल, की लुट हो गई? बैंक चो पैसे लैके आया सीगा जी। अच्छा जी, तो उतों मैं 1,00,000 रुपया कटाया सी तकरीबन 11:30 बजे सवेरे जी, अज ठीक है जी। तो ਜਦੋਂ ਮੈਂ ਇੱਥੇ ਆਇਆ ਜੀ, ਜਦੋਂ ਮੈਂ ਵਾਪਸ ਆਉਂਦਾ ਸੀਗਾ ਜੀ, ਫਾਟਕ ਬੰਦ ਸੀਗਾ ਜੀ, ਮੈਂ ਸਕੂਟਰ ਫਾਟਕ ਦੇ ਥੱਲੇ ਦੀ ਨੰਘਾ ਲਿਆ ਜੀ। ਇੱਧਰੋਂ ਇੱਕ ਗੱਡੀ ਆਉਂਦੀ ਸੀ ਜੀ ਗ੍ਰਾਂ ਵੱਲੋਂ। ਅੱਛਾ ਜੀ। ਜਦੋਂ ਮੈਂ ਆਇਆ ਇੱਥੇ ਬਸੰਤ ਨਗਰ ਦੇ ਬਰਾਬਰ, ਮੈਂ ਫਾਟਕ ਬੰਦ ਸੀ ਜੀ, ਮੈਂ ਜਦੋਂ ਬਸੰਤ ਨਗਰ ਦੇ ਬਰਾਬਰ ਆਇਆ ਤਾਂ ਗੱਡੀ ਕ੍ਰੋਸ ਕਰਕੇ ਜੀ ਤਾਂ ਫਾਟਕ ਖੁੱਲ੍ਹ ਗਿਆ ਜੀ। ਠੀਕ ਹੈ ਜੀ। ਜਦੋਂ ਮੈਂ ਮੋਹਣ ਦੇ ਆਰੇ ਕੋਲ ਇੱਥੇ ਆਇਆ ਜੀ, ਨੰਗਲ ਕਲੋਨੀ ਤੋਂ ਗਾਂ ਜੀ, ਨੰਗਲ ਦੇ ਵਿੱਚ ਤਕਰੀਬਨ ਇੱਥੇ ਆਇਆ ਜੀ, ਆਹ ਸਾਹਮਣੇ ਜੀ। ਜਦੋਂ ਮੈਂ ਇੱਥੇ ਆਇਆ ਤਾਂ ਦੋ ਬੰਦੇ ਮੇਰੇ ਪਿੱਛਿਓਂ ਆਏ, ਮੈਨੂੰ ਪਤਾ ਨਹੀਂ ਲੱਗਾ, ਤਾਂ ਉਹਨਾਂ ਨੇ ਮੇਰੇ ਇੱਧਰਲੇ ਪਾਸੇ ਸੱਜੇ ਸੱਜੀ ਸਾਈਡ ਦੇ ਵਿੱਚ ਖੀਸੇ ਦੇ ਵਿੱਚ ਪੈਸੇ ਪਾਏ ਹੋਏ ਸੀ, ਇਹਦੇ 'ਚ ਮੇਰਾ ਬਟੂਆ ਸੀਗਾ ਜੀ। ਉਹ ਇੱਕ ਮੁੰਡੇ ਨੇ ਉਤਰ ਕੇ ਇੱਦਾਂ ਫੜ ਕੇ ਬਟੂਏ ਨੂੰ ਇੱਦਾਂ ਜ਼ੋਰ ਨਾਲ ਥੱਲੇ ਨੂੰ ਹੁਜਕਾ ਮਾਰਿਆ, ਉਹ ਮੇਰਾ ਅੱਜ ਤੋਂ ਖੀਸਾ ਪਾੜ ਕੇ ਹੀ ਲੈ ਗਿਆ ਜੀ, ਇੱਥੋਂ ਖਿੱਚ ਕੇ ਲੈ ਗਿਆ, ਖਿੱਚਾ ਹੀ ਲੈ ਗਿਆ ਜੀ ਖਿੱਚ ਕੇ। ਤਾਂ ਫਿਰ ਮੈਂ ਮਗਰ ਰੌਲਾ ਬਹੁਤ ਪਾਇਆ ਜੀ, ਸਾਰਾ ਗੋਬਿੰਦਪੁਰਾ ਵੀ ਸੜਕ 'ਤੇ ਦੇਖਦਾ ਹੀ ਸੀਗਾ, ਪਰ ਉਹ ਥੋੜ੍ਹੇ ਸਸਪੈਂਸ 'ਚ ਰਹੇ ਵੀ ਰੌਲਾ ਕਾਹਤੇ ਪੈਂਦਾ। ਜਦੋਂ ਮੈਂ ਮਗਰ ਭੱਜਿਆ ਪਈ, ਮੇਰੇ ਪੈਸੇ ਖੋ ਕੇ ਲੈ ਗਏ, ਮੇਰੇ ਪੈਸੇ ਖੋ ਕੇ ਲੈ ਗਏ, ਉਹ ਅਸੀਂ ਫਾਟਕ ਤੱਕ ਗਏ ਹਾਂ ਜੀ, ਖੇੜਾ ਰੋਡ ਫਾਟਕ ਤੱਕ, ਉਦੋਂ ਉਹ ਗਾਂ ਪਤਾ ਨਹੀਂ ਲੱਗਾ ਜੀ ਸਾਨੂੰ। ਕੀ ਲੱਗਦਾ ਕਾਹਤੇ ਆਏ ਸੀ ਉਹ? ਉਹ ਮੋਟਰਸਾਈਕਲ 'ਤੇ ਸੀ। ਤੁਸੀਂ ਕਾਹਤੇ ਸੀ? ਮੈਂ ਸਕੂਟਰ 'ਤੇ ਸੀਗਾ ਜੀ। ਕੀ ਲੱਗਦਾ ਦੇਖਣ ਨੂੰ ਕਿੱਦਾਂ ਲੱਗਦੇ ਸੀ ਮੁੰਡੇ? ਦੇਖਣ ਨੂੰ ਉਹਦੀ ਫੋਟੋ ਸਾਡੇ ਕੋਲ ਆ ਜੀ, ਤੁਸੀਂ ਉਹ ਦੇਖ ਲਓ ਜਿਹੜੀ ਫੋਟੋ ਤੁਸੀਂ ਦਿਖਾਈ ਹੈ। ਹਾਂਜੀ ਹਾਂਜੀ ਉਹਨਾਂ ਦੀ ਆ। ਹਾਂਜੀ ਹਾਂ ਉਹਨਾਂ ਦੀ ਆ ਜੀ। ਇੱਕ ਤੇ ਲਾਲ ਕੋਟੀ ਪਾਈ ਹੋਈ ਸੀ ਜੀ, ਇੱਕ ਤੇ ਥੋੜੀ ਵਾਈਟ ਸੀਗੀ ਜੀ। ਤੇ ਤੁਸੀਂ ਉਹ ਭਾਈ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਆ? ਮੈਂ ਇੱਥੇ ਨੰਗਲ ਦਾ ਹੀ ਰਹਿਣ ਵਾਲਾ। ਨੰਗਲ ਦੇ ਰਹਿਣ ਵਾਲਾ? ਕਿਹੜੀ ਬੈਂਕ 'ਚੋਂ ਲੈ ਕੇ ਆਏ ਸੀ? ਬੈਂਕ ਆਫ ਇੰਡੀਆ ਜੀ, ਬੈਂਕ ਆਫ ਫਗਵਾੜਾ। ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ? ਮੇਰਾ 1,10,000 ਰੁਪਈਆ ਕੈਸ਼ ਸੀਗਾ ਜੀ, ਵਿੱਚ ਮੇਰੇ 2 ATM ਸੀਗੇ ਜੀ, ਵਿੱਚ ਮੇਰਾ ਆਧਾਰ ਕਾਰਡ ਸੀਗਾ ਜੀ, ਵਿੱਚ ਮੇਰਾ ਉਹਦੇ ਲਾਇਸੈਂਸ ਸੀਗਾ ਜੀ, ਵਿੱਚ ਹੋਰ ਜ਼ਰੂਰੀ ਕਾਗਜ਼ਾਤ। ਘਰ ਵਾਸਤੇ ਘਰ ਨੂੰ ਚੱਲੇ ਸੀ ਪੈਸੇ ਲੈ ਕੇ? ਘਰ ਨੂੰ ਲੈ ਕੇ ਚੱਲੇ ਸੀਗੇ ਜੀ, ਮੈਂ ਇੱਕ ਭੌਲੀ ਖੇਤ ਬਹੁਣ ਆਇਆ ਜੀ, ਮੈਂ ਉਹਦੇ ਪੈਸੇ ਦੇਣੇ ਸੀਗੇ ਜੀ, ਫਿਰ ਉਹ ਕੰਬਾਈਨ ਦੀ ਵਢਾਈ ਦੇਣੀ ਸੀਗੀ ਜੀ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਪੁਲਿਸ ਆ ਗਈ ਮੌਕੇ 'ਤੇ, ਕੀ ਮੰਗ ਕਰਦੇ ਆ? ਮੈਂ ਤਾਂ ਇਹੀ ਮੰਗ ਕਰਦਾ ਜੀ ਵੀ ਮੈਨੂੰ ਨਿਆਂ ਦਿੱਤਾ ਜਾਵੇ, ਮੇਰੇ ਚੋਰਾਂ ਨੂੰ ਲੱਭ ਕੇ ਤਾਂ ਪੈਸੇ ਮੇਰੇ ਵਾਪਸ ਦਵਾਏ ਜਾਣ, ਹੋਰ ਮੈਂ